ਛੋਟੀ ਉਮਰ ਵਿੱਚ ਹੀ ਵਾਲਦ ਸਾਹਿਬ ਨੇ ਮਸੀਤੇ ਪੜ੍ਹਨੇ ਬਾਦ ਦਿੱਤਾ ਸੀ ਉਹਨਾਂ ਦਾ ਖਿਆਲ ਸੀ ਮੁੰਡਾ ਵੱਡਾ ਹੋ ਕੇ ਮੌਲਵੀ ਬਣੇਗਾ ਮੁੰਡੇ ਦੀ ਵੀ ਤੇ ਉਹਨਾਂ ਦੀ ਵੀ ਆਖਰਤ ਸਮਰ ਜਾਏਗੀ ਉਹ ਸ਼ਾਇਦ ਦਾ ਦੁਨੀਆ ਤੇ ਸੱਤਰ ਆਖਰ ਦਾ ਹਿਸਾਬ ਲਾਉਂਦੇ ਰਹਿੰਦੇ ਸਨ ਮੌਲਵੀ ਬਣਨਾ ਤੇ ਨਸੀਬ ਨਾ ਹੋਇਆ ਪਰ ਛੋਟਿਆਂ ਹੁੰਦਿਆਂ ਤੋਂ ਮੌਲਵੀਆਂ ਦੀ ਦਿਲ ਵਿੱਚ ਇੱਜ਼ਤ ਬੜੀ ਬਣ ਗਈ ਹੁਣ ਮਸਲਾ ਇਹ ਹੈ ਕਿ ਮੌਲਵੀ ਨੂੰ ਮੌਲਵੀ ਕਹੀਏ ਤੇ ਉਹ ਬੇਇੱਜ਼ਤੀ ਸਮਝਦਾ ਹੈ ਅੱਜ ਕੱਲ ਦਾ ਹਰ ਮੌਲਵੀ ਯਾ ਆਲਮੇ ਦੀਨ ਹੈ ਯਾ ਅਲਾਮਾ ਹੈ ਯਾ ਕੋਈ ਅਮੀਰ ਮੁਜਾਹਿਦੀਨ ਬਣ ਬੈਠਾ ਹੈ ਅੱਜ ਕੱਲ ਦੇ ਮੌਲਵੀਆਂ ਦਾ ਜਲਾਲ ਵੇਖ ਕੇ ਮੈਨੂੰ ਆਪਣੇ ਪਿੰਡ ਦੇ ਪੋਲੇ ਜੇ ਮੌਲਵੀ ਸਾਹਿਬ ਅੱਜ ਕੱਲ ਬੜੇ ਯਾਦ ਆਉਂਦੇ ਨੇ ਉਹਨਾਂ ਕੋਲੋਂ ਪੜਨਾ ਨਹੀਂ ਤੇ ਜੁਮੇ ਦਾ ਖੁਤਬਾ ਵੀ ਸੁਣਨਾ ਉਹਨਾਂ ਨੇ ਮਿੱਠੀਆਂ ਮਿੱਠੀਆਂ ਗੱਲਾਂ ਕਰਨੀਆਂ ਹਦਾਇਤ ਕਰਨੀ ਵੀ ਮੱਜਾਂ گاਵਾ ਦੇ ਨਾਲ ਚੰਗਾ ਸਲੂਕ ਕਰਿਆ ਕਰੋ ਦੁਆ ਕਰਾਉਣੀ ਕਿ ਫਸਲਾਂ ਨੂੰ ਪਹਲਾਣਾ ਮਾਰ ਜਾਏ ਅੱਲਾਹ ਬਾਲਾਦ ਨੇਕ ਦੇਵੇ ਕਦੀ ਕਦੀ ਸ਼ਰੂ ਕਿਸੇ ਚੀਤੇ ਮੌਲਵੀ ਨੇ ਹੋਣਾ ਤੇ ਉਹਨੇ ਫਲਸਤੀਨ ਕਸ਼ਮੀਰ ਦੇ ਮਜ਼ਲੂਮਾਂ ਬਾਰੇ ਦੁਆ ਕਰਾ ਸੁਣਨੀ ਅੱਲਾ ਅੱਲਾ ਖੈਰ ਸੱਲਾ ਫਿਰ ਸਕੂਲ ਜਾ ਕੇ ਅਸੀਂ ਉਰਦੂ تعلیم ਸ਼ੁਰੂ ਕੀਤੀ ਤੇ ਪਤਾ ਲੱਗਾ ਉਰਦੂ 'ਚ ਇੱਕ ਮੁਹਾਵਰਾ ਹੁੰਦਾ ਹੈ ਕਿ ਦੋ ਮੁੱਲਾਵਾਂ 'ਚ ਮੁਰਗੀ ਹਰਾਮ ਕੋਈ ਗੱਲ ਸਮਝ ਨਾ ਆਈ ਮੌਲਵੀ ਤੇ ਵਿਚਾਰੇ ਮਾਤੜ ਹੁੰਦੇ ਸਨ ਜੋ ਪਿੰਡ ਵਾਲਿਆਂ ਨੇ ਦੇਣਾ ਸ਼ੁਕਰ ਕਰਕੇ ਖਾ ਲੈਣਾ ਮੁਰਗੀ ਤੇ ਚੌਧੀਆਂ ਦੀ ਖੁਰਾਕ ਸੀ ਪਿੰਡਾਂ 'ਚ ਵੈਸੇ ਵੀ ਕਹਿੰਦੇ ਸਨ ਕਿ ਗਰੀਬ ਆਦਮੀ ਮੁਰਗੀ ਉਦੋਂ ਹੀ ਖਾਂਦਾ ਜਦੋਂ ਜਾਂ ਤੇ ਆਪ ਬਿਮਾਰ ਹੋਵੇ ਜਾਂ ਮੁਰਗੀ ਬਿਮਾਰ ਹੋਵੇ ਮੌਲਵੀ ਵਿਚਾਰੇ ਤੇ ਹਲਵੇ ਦੀ ਪਲੇਟ ਤੇ ਹੀ ਖੁਸ਼ ਹੋ ਜਾਂਦੇ ਸਨ ਅਸੀਂ ਜਿਵੇਂ ਜਿਵੇਂ ਵੱਡੇ ਹੁੰਦੇ ਗਏ ਮੌਲਵੀਆਂ ਦਾ ਦਬਦਬਾ ਵੱਧਦਾ ਗਿਆ ਜਿਹੜੇ ਕਿਰਾਏ ਦੀ ਸਾਈਕਲ ਲੱਭਦੇ ਫਿਰਦੇ ਸਨ ਉਹ ਪੁਜਾਰੋ ਜੀਪਾਂ ਤੇ ਘੁੰਮਣ ਲੱਗ ਪਏ ਜਿਨ੍ਹਾਂ ਜੁੱਤੀਆਂ ਸਿੱਧੀਆਂ ਕਰਨ ਲਈ ਕੁਝ ਇੱਕ ਅੱਧਾ ਛੋਟਾ ਜਾਂ ਇਹ ਤਿੰਨ ਬੱਚਾ ਨਾਲ ਰੱਖਿਆ ਹੁੰਦਾ ਸੀ ਉਨ੍ਹਾਂ ਦੇ ਅੱਗੇ ਪਿੱਛੇ ਕਲਾਸ਼ਨਕੋਫਾ ਵਾਲੇ ਬਾਡੀਗਾਰਡ ਟਰਨ ਲੱਗ ਪਏ ਕੁਝ ਮਾਲ ਜਹਾਦ ਦੇ ਨਾਂ ਤੋਂ ਬਾਹਰੋਂ ਆਇਆ ਕੁਝ ਆਪਣੇ ਸੇਠਾ ਨੇਮੀ ਹਰਾਮ ਦੀ ਕਮਾਈ ਨੂੰ ਹਲਾਲ ਕਰਨ ਲਈ ਮਸੀਤਾਂ ਤੇ ਮਦਰਸੇ ਬਣਵਾਏ ਜਿਸ ਗਲੀ ਮਹੱਲੇ ਵਿੱਚ ਪੱਕੀ ਨਾਲੀ ਵੀ ਨਹੀਂ ਸੀ ਉੱਥੇ ਵੀ ਸੰਗੇ ਮਰਮਰ ਲਾ ਕੇ ਮਸੀਦ ਬਣਵਾ ਛੱਡੀ ਪਿਛਲੇ ਹਫਤੇ ਪਾਕਿਸਤਾਨ ਦੇ ਕੁਝ ਮੌਲਵੀਆਂ ਨੇ اسلامਾਬਾਦ ਵਾਲਿਆਂ ਨੂੰ ਵਖਤ ਪਾ ਛੱਡਿਆ ਤੇ ਪਹਿਲੀ ਦਫਾ ਸਮਝ ਆਈ ਵੀ ਅੱਜ ਕੱਲ ਦਾ ਨਵਾਂ ਮੌਲਵੀ एक मुकम्मल पैकेज बन चुके थोड़ा जहा है, थोड़ा जहा बदमाश अद्धा मरासी अद्धा मौलाज थोड़ा मुजाहिद थोड़ा फनकार पहले मुकदस आयत पढ़द फिर जुगत मारद और आखिर बड़क मार के साडे वर्गे गुनागारा का तरों कर छता एक ही बंदा थोड़ा तो ईमान भी ताज़ा कर देता है तो हल्की फुलकी एंटरटेनमेंट भी हो जाती है ਸਾਡੇ ਸੈਕੂਲਰ ਟਾਈਪ ਪਰਾਧ ਪਹਿਣਾ ਮੌਲਵੀਆਂ ਕੋਲੋਂ ਬੜਾਇਆ ਰੱਖਦੇ ਨੇ ਆਂਦੇ ਨੇ ਮਾਸ਼ਰੇ ਮੇਂ ਐਕਸਟਰੀਮਿਜ਼ਮ ਬਹੁਤ ਵੱਡ ਗਿਆ ਹੈ ਕਹੀਂ ਮੌਲਵੀ ਹਕੂਮਤ ਮੇਂ ਨਾ ਆ ਜਾਏ ਫਿਰ ਇੰਡੀਆ ਦੀ ਮਿਸਾਲ ਵੀ ਦਿੰਦੇ ਨੇ ਕਿ ਵੇਖੋ ਉੱਥੇ ਵੀ ਕੱਲ ਦੇ ਯੋਗੀ ਅੱਜ ਤਖਤ 'ਤੇ ਆ ਬੈਠੇ ਨੇ ਅੱਜ ਕੱਲ ਦੇ ਸਾਡੇ ਮੌਲਵੀ ਅੱਲਾਹ ਕੋਲੋਂ ਡਰਨ ਨਾਲ ਡਰਨ ਵਰਦੀ ਵਾਲਿਆਂ ਕੋਲੋਂ ਜ਼ਰੂਰ ਡਰਦੇ ਨੇ ਲੇਕਿਨ ਇਹਨਾਂ ਵਰਦੀ ਵਾਲਿਆਂ ਜਦੋਂ ਲੋਕ ਆਂਦੇ ਨੇ ਵੀ ਇਹਨਾਂ ਮੌਲਵੀਆਂ ਦਾ ਕੁਝ ਕਰੋ ਉਹ ਅੱਗੋਂ ਕਹਿੰਦੇ ਨੇ ਵੀ ਇਹ ਤਾਂ ਸਾਡੇ ਪੁਰਾਣੇ ਸਾਡੇ ਸਰਕੂਲਰ ਭਰਾਵਾਂ ਲਈ ਨੀਆ ਮੁਹੰਮਦ ਬਖਸ਼ ਕਹਿ ਗਏ ਸਨ ਉਹਨਾਂ ਹਰਨੀਆਂ ਦੀ ਉਮਰ ਹੋ ਚੁੱਕੀ ਪਾਣੀ ਸ਼ੇਰ ਦੀ ਜੂ ਜਿਹੜੀਆਂ ਪੀਨੀਆਂ ਨੇ ਕਸੂਰ ਕਿਸੇ ਇੱਕ ਧੜੇ ਦਾ ਨਹੀਂ ਇਸ ਮੁਲਕ ਦੀ ਮੁੱਲੀ ਮੌਲਮੀਆਂ ਕੱਲਿਆਂ ਨੇ ਹਰਾਮ ਨਹੀਂ ਕੀਤੀ ਸਾਡਾ ਵੀ ਕੁਝ ਨਾ ਕੁਝ ਦੋਸ਼ ਤੇ ਹੋਏਗਾ ਇਹ ਹਲਵੇ ਦੀ ਦੇ ਅਸੀਂ ਸਾਰਿਆਂ ਰਲ ਕੇ ਪਕਾਈਏ ਹੁਣ ਖਾਣ ਵਾਲੇ ਅੱਪੜ ਗਏ ਨੇ ਤੇ ਰੋਣਾ ਕਾਦਾ ਅੱਲਾ ਖੈਰ ਕਰੇਗਾ ਰੱਬ ਰੱਖਾ